अस्सलाम वालेकुम जी, मैं हां ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਮੈਂ ਪਹੁੰਚਿਆ ਹਾਂ ਅੱਜ ਪੰਜਾਬੀ ਮੇਲੇ ਦੇ ਵਿੱਚ। ਨਾਰਥ ਵੈਸਟ ਪੰਜਾਬ ਦੇ ਅੰਦਰ ਹੋਣ ਵਾਲੇ ਮੇਲੇ ਦੇ ਅੰਦਰ ਮੈਂ ਬੈਠਾ ਬਿਲਕੁਲ ਰਿਲੈਕਸ ਹੋ ਕੇ ਆਇਆ। ਮੈਂ ਅੱਜ ਦਾ ਮੇਰਾ ਮੂਡ ਜਿਹੜਾ ਹੈ ਔਰ ਰਿਲੈਕਸ ਹੋਣ ਦਾ ਕਿ ਮੈਂ ਵੀ ਰਿਲੈਕਸ ਹੋ ਜਾਵਾਂ। ਮੇਰੇ ਪਿੱਛੇ ਪੰਜਾਬੀਆਂ ਦੀ ਜਿਹੜੀ ਮੇਨ ਸੁਗਾਤ ਹੈ ਉਹ ਵਿਕ ਰਹੀ ਹੈ, ਮੇਲਿਆਂ ਦੀ ਜਾਨ ਯਾਨੀ ਕਿ ਪਕੌੜੇ ਔਰ ਜਲੇਬੀਆਂ, ਪੰਜਾਬੀਆਂ ਦੀ ਜਾਨ ਜਿਹੜੀ ਹੈ। ਉਂਝ ਤਾਂ ਦੇਖਿਆ ਜਾਏ ਤਾਂ ਇੱਕ ਕੜਸ ਕੜਮਾਸ ਜਿਹਾ ਮੱਚ ਜਾਂਦਾ ਇਹਨਾਂ ਚੀਜ਼ਾਂ ਨੂੰ ਬਣਾਉਣ ਲੱਗਿਆਂ, ਲੇਕਿਨ ਅਸੀਂ ਲੋਕ ਬਰਸਾਤ ਦੇ ਮੌਸਮ 'ਚ ਖਾਸ ਕਰਕੇ ਸਾਉਣ ਭਾਦਰੋਂ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਬਿਨਾਂ ਨਹੀਂ ਰਹਿ ਸਕਦੇ ਔਰ ਅਸੀਂ ਖਾਂਦੇ ਹਾਂ ਇਹਨਾਂ ਨੂੰ, ਟੇਸਟ ਕਰਦੇ ਹਾਂ ਔਰ ਮੌਸਮ ਦਾ ਜਿਹੜਾ ਬਹੁਤ ਜ਼ਿਆਦਾ ਅਸਰ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ। ਆਓ ਦੁਕਾਨ 'ਤੇ ਖਾਂਦੇ ਹਾਂ ਕਿ ਅਸੀਂ ਕਿਸ ਤਰੀਕੇ ਨਾਲ ਕਰ ਰਹੇ ਹਾਂ ਸਾਰਾ ਕੁਛ। ਲੋਕ ਜੋਗ ਦਰ ਜੋਗ ਆ ਰਹੇ ਨੇ ਔਰ ਇਹ ਨਿਕਲ ਰਹੇ ਨੇ ਤਾਜ਼ੇ ਤਾਜ਼ੇ ਪਕੌੜੇ। ਕੜਾਈ ਲੱਗੀ ਵੀ ਨਹੀਂ ਮਿਲੇਗੀ, ਜਲੇਬੀ ਮਿਲ ਹੀ ਨਹੀਂ ਰਹੀ ਹੈ ਔਰ ਨਾਲ ਹੀ ਗਰਮਾ ਗਰਮ ਮੇਲਾ ਖਾਧਾ ਜਾ ਰਿਹਾ ਜੀ। ਦੇਖੋ ਤੁਸੀਂ ਸਭ ਲੋਕ ਜਿਹੜੇ ਨੇ ਪਿੰਡ ਦੇ ਪਿੰਡ ਜੁੜੇ ਹੋਏ ਨੇ ਔਰ ਪੁਰਾਣੇ ਮੈਂ ਕਹਾਂਗਾ ਕਿ ਜਿਹੜੀਆਂ ਸਾਡਾ ਪੁਰਾਣਾ ਕੰਡੀਸ਼ਨ ਸੀ ਉਹ ਕਿਸੇ ਨਾ ਕਿਸੇ ਹਾਲ ਦੇ ਵਿੱਚ ਹਲੇ ਵੀ ਜਿਹੜਾ ਉਹ ਜ਼ਿੰਦਾ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਪੰਜਾਬੀ ਕਲਚਰ ਐਂਡ ਹੈਰੀਟੇਜ ਵਿੱਚ ਪੰਜਾਬੀ ਮੇਲੇ ਹੋ ਗਏ ਜਿਹੜਾ ਇਸ ਤੋਂ ਬੇਗਮ ਹੋਣਾ ਚਾਹੀਦਾ।